ਸਤਿ ਸ਼੍ਰੀ ਅਕਾਲ ਵੀਰੋ, ਤੁਹਾਡੇ ਨਾਲ ਅੱਜ ਅਸੀਂ ਮੁਲਾਕਾਤ ਕਰਾਉਣ ਜਾ ਰਹੇ ਹਾਂ ਆਵਾਜ਼ ਏ ਪੰਜਾਬ ਨਾਲ ਖਿਤਾਬਿਆ ਹੋਇਆ ਚਿਹਰਾ ਤੁਹਾਡਾ ਆਪਣਾ ਭਗਵੰਤ ਮਾਨ ਜੀ। ਹਾਂ, ਇਹ ਇਨਸਾਨ ਨੇ ਜਿਹੜੇ ਪੰਜਾਬ ਦਾ ਇੱਕ ਇੱਕ ਕੁੰਡਾ ਖੜਕਾ ਕੇ ਘਰੋਂ ਉਠਾ ਉਠਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ, ਔਰ ਇਸ ਦਾ ਕ੍ਰੈਡਿਟ ਬਿਲਕੁਲ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਅੱਜ ਅਸੀਂ ਜੋ ਵੀ ਜਾਣੂ ਹੈਗੇ ਹਾਂ ਚਾਹੇ ਸੋਸ਼ਲ ਮੀਡੀਆ ਦੇ ਰਾਹੀਂ, ਲੇਕਿਨ ਜੋ ਜਾਣੂ ਕਰਾਇਆ ਸਾਨੂੰ ਮਾਨ ਸਾਹਿਬ ਨੇ ਕਰਾਇਆ, ਆਓ ਜੀ ਮਿਲਦੇ ਹਾਂ। ਮਾਨ ਸਾਹਿਬ, ਨਿਊਜ਼ੀਲੈਂਡ ਧਰਤੀ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਇਹ ਸ਼ੌਕ ਹੈ, ਕਦੋਂ ਤੋਂ ਤੁਹਾਨੂੰ ਪੋਲੀਟਿਕਸ ਵਿੱਚ ਜਾਂ ਉਹਦਾ ਰੁਝਾਨ ਇਹ ਸੋਸ਼ਲ ਮੁੱਦਿਆਂ ਨਾਲ ਜੁੜਿਆ ਹੋਇਆ ਕਦੋਂ ਤੋਂ ਹੈ? ਇਹ ਮੇਰਾ ਬਚਪਨ ਤੋਂ ਮੇਰੇ ਸ਼ੌਕ ਸੀਗਾ, ਟੀ ਵੀ ਦੇਖਣਾ, ਖਬਰਾਂ ਸੁਣਨੀਆਂ। ਜਿਸ ਵੇਲੇ ਆਮ ਤੌਰ 'ਤੇ ਬੱਚਿਆਂ ਨੂੰ ਫਿਲਮਾਂ ਦਾ ਜਾਂ ਆਮ ਤੌਰ 'ਤੇ ਕੋਈ ਹੋਰ ਗੀਤਾਂ ਦਾ ਸ਼ੌਕ ਹੁੰਦਾ, ਤਾਂ ਮੈਨੂੰ ਜ਼ਿਆਦਾਤਰ ਖਬਰਾਂ ਸੁਣਨੀਆਂ, ਅਖਬਾਰਾਂ ਦੇ ਵਿੱਚ ਐਡੀਟੋਰੀਅਲ ਪੜ੍ਹਨੇ ਸ਼ੌਕ ਸੀ ਪਹਿਲੇ ਦਿਨ। 7-8 ਸਾਲ ਦੀ ਉਮਰ 'ਚ ਹੀ ਜਿਹੜੇ BBC, ਵਾਇਸ ਆਫ ਅਮੈਰੀਕਾ ਔਰ ਜਿਹੜੀਆਂ ਖਬਰਾਂ ਜਿਹੜੀਆਂ ਰੇਡੀਓ ਦੀਆਂ, ਅਤੇ ਫਿਰ ਉਦੋਂ ਇਕੱਲਾ ਦੂਰਦਰਸ਼ਨ ਹੁੰਦਾ ਸੀ, ਉਹਦੇ 'ਤੇ ਈਵਨ ਸਪੋਰਟਸ ਦੇ ਜਿਹੜੇ ਈਵੈਂਟਸ ਹੁੰਦੇ ਸੀ, ਜਿਨ੍ਹਾਂ 'ਚ ਫਰੈਂਚ ਓਪਨ, ਆਸਟ੍ਰੇਲੀਅਨ ਓਪਨ, ਵਿੰਬਲਡਨ ਜਾਂ US ਓਪਨ, 4 ਜਿਹੜੇ ਗ੍ਰੈਂਡ ਸਲੈਮ ਨੇ ਟੈਨਿਸ ਦੇ ਜੀ, ਹਾਲਾਂਕਿ ਮੈਂ ਉਦੋਂ ਨਹੀਂ ਜਾਣਦਾ ਹੁੰਦਾ ਸੀ, ਪਰ ਹੌਲੀ ਹੌਲੀ ਮੈਨੂੰ ਮਾਰਟੀਨਾ ਨਵਰਾਤੀਲੋਵਾ, ਰਾਂਤਾ ਸਾਂਚੇਜ਼, ਸਟੀਫਨ ਐਡਵਰਗ, ਬੋਰਿਸ ਬੈਕਰ ਜੀ, ਜੌਨ ਮਕੈਨਰੋ, ਇਹਨਾਂ ਪਲੇਅਰਾਂ ਨੂੰ ਮੈਂ ਦੇਖਦਾ ਰਿਹਾ। ਫਿਰ ਦਿਲ 'ਚ ਹੁੰਦਾ ਸੀ ਕੁਛ ਕਿ ਅਸੀਂ ਕੁਛ ਕਰਨਾ, ਪਰ ਮਾਲਵੇ ਦੇ ਇੱਕ ਬਹੁਤ ਛੋਟੇ ਜਿਹੇ ਪਿੰਡ 'ਚ ਬਚਪਨ ਬੀਤਿਆ। ਮੇਰੇ ਪਿਤਾ ਜੀ ਸਾਇੰਸ ਮਾਸਟਰ ਸੀ, ਉਹਨਾਂ ਨੂੰ ਵੀ ਰੇਡੀਓ ਦਾ ਔਰ ਸਪੋਰਟਸ ਦਾ ਬਹੁਤ ਸ਼ੌਕ ਸੀਗਾ, ਹਾਕੀ ਖਾਸ ਤੌਰ 'ਤੇ। ਸੋ ਮੈਂ ਸਪੋਰਟਸ ਲਵਰ ਹਾਂ ਅਤੇ ਪੂਰੀ ਦੁਨੀਆ ਦੀਆਂ ਖਬਰਾਂ ਸੁਣਦੇ ਰਹੇ। ਬਾਅਦ 'ਚ ਇਹ ਨਹੀਂ ਸੋਚਿਆ ਸੀ ਕਦੇ ਕਿ ਕਾਮੇਡੀ ਵਾਲੇ ਫੀਲਡ 'ਚ ਆ ਜਾਂਗੇ, ਕਿਉਂਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਜ਼ਿਮੀਂਦਾਰਾਂ ਦਾ ਕੰਮ ਤਾਂ, ਜੱਟਾਂ ਦੇ ਮੁੰਡਿਆਂ ਦਾ ਕੰਮ ਤਾਂ ਖੇਤੀ ਕਰਨਾ ਹੀ ਹੁੰਦਾ। ਪਰ ਕਾਲਜ ਗਏ ਤਾਂ ਯੂਥ ਫੈਸਟੀਵਲਾਂ 'ਚ ਪਾਰਟੀਸਪੇਟ ਕਰਨਾ ਸ਼ੁਰੂ ਕੀਤਾ, ਕਾਲਜ ਵਾਸਤੇ 2-3 ਗੋਲਡ ਮੈਡਲ ਵੀ ਜਿੱਤੇ। ਪਰ ਜਿਸ ਤਰ੍ਹਾਂ ਹੁੰਦਾ ਆਮ ਤੌਰ 'ਤੇ ਪੇਰੈਂਟਸ ਦਾ ਕਿ ਪਹਿਲਾਂ ਪੜ੍ਹਾਈ ਕਰਨੀ ਹੈ, ਇਹ ਕੰਮ ਬਾਅਦ 'ਚ ਕਰਨੇ ਨੇ, ਅਤੇ 1-2 ਸਾਲ ਦਾ ਪਾਬੰਦੀ ਵੀ ਲੱਗੀ ਰਹੀ ਕਿ ਨਹੀਂ ਜਾਣਾ ਸਟੇਜਾਂ 'ਤੇ। ਅਤੇ ਫਿਰ ਕੈਸਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਸੀਡੀਜ਼ ਦਾ। ਉਹ ਇੱਕਦਮ ਹੀ ਜਦੋਂ ਆਏ ਤਾਂ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ, ਤਾਂ ਜਿਹੜੀ ਉਹ ਸਟਾਇਰ, ਜਿਹੜਾ ਪੋਲੀਟੀਕਲ ਸਟਾਇਰ ਕਰਨਾ, ਉਹਦੇ ਵਿੱਚੋਂ ਮੇਰੀ ਉਹ ਜਿਹੜੀ ਪੁਰਾਣੀ ਨੌਲੇਜ, ਜਿਹੜੀ ਖਬਰਾਂ ਸੁਣਨਾ, ਉਹ ਕੰਮ ਆਈ ਬਹੁਤ, ਕਿਉਂਕਿ ਜੇ ਪੋਲੀਟੀਕਲ ਸਟਾਇਰ ਕਰਨਾ ਤਾਂ ਪੋਲੀਟਿਕਸ ਬਾਰੇ ਪਤਾ ਵੀ ਹੋਣਾ ਚਾਹੀਦਾ ਜੀ। ਔਰ ਜਿੰਨੀਆਂ ਵੀ ਸੀਡੀਜ਼ ਕੈਸੈਟਸ ਆਈਆਂ, ਉਹ ਪ੍ਰੋ ਪੀਪਲ, ਉਹਦੇ ਵਿੱਚ ਗੱਲਾਂ ਨੇ, ਐਂਟੀ ਸਟੈਬਲਿਸ਼ਮੈਂਟ, ਔਰ ਜੋ ਵੀ ਭ੍ਰਿਸ਼ਟ ਅਫਸਰ ਨੇ ਜਾਂ ਭ੍ਰਿਸ਼ਟ ਨਿਜ਼ਾਮ ਦੇ ਖਿਲਾਫ਼ ਮੈਂ ਕਮੈਂਟ ਕੀਤੇ, ਚਲੋ ਇੰਟਰਟੇਨਮੈਂਟ ਦਾ ਤੜਕਾ ਲੱਗਿਆ ਹੁੰਦਾ ਸੀ, ਪਰ ਫਿਰ ਵੀ ਹਾਸੇ ਹਾਸੇ 'ਚ ਕਈ ਗੰਭੀਰ ਗੱਲਾਂ ਵੀ ਕਹੀਆਂ ਜਾ ਸਕਦੀਆਂ। ਜਦੋਂ ਮਾਨ ਸਾਹਿਬ ਤੁਸੀਂ ਪੋਲੀਟੀਕਲ ਫੀਲਡ 'ਚ ਐਂਟਰ ਕਰ ਗਏ, ਚਾਹੇ ਉਹ ਪੀਪਲ ਪਾਰਟੀ 'ਚ ਆਏ, ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗਦਾ ਕਿ ਕੋਈ ਅਫਵਾਹ ਆਉਂਦੀ ਹੈ, ਅਤੇ ਉਹ ਤੁਸੀਂ ਕਿਵੇਂ ਹੈਂਡਲ ਕਰਦੇ ਹੋ? ਉਹ ਭਾਵਨਾਵਾਂ ਠੇਸ ਨਹੀਂ ਪਹੁੰਚਦੀ ਕਿ ਇੰਨਾ ਜ਼ੋਰ ਲਾ ਕੇ, ਜਿਵੇਂ ਹੁਣ ਕੇਜਰੀਵਾਲ ਜੀ, ਅਰਵਿੰਦ ਜੀ ਗੋਟ ਇਮੋਸ਼ਨਲ ਸਮ ਟਾਈਮਸ, ਕਿ ਉਹਨਾਂ ਨੇ ਕਿਵੇਂ, ਸੇਮ ਉਹਨਾਂ ਦਾ ਸਟਾਈਲ ਡਿਫਰੈਂਟ ਹੈ, ਤੁਹਾਡਾ ਸਟਾਈਲ ਡਿਫਰੈਂਟ ਹੈ, ਲੇਕਿਨ ਕੰਮ ਉਹਨਾਂ ਨੇ ਵੀ ਉਹੀ ਕੀਤਾ, ਦਿੱਲੀ ਦਾ ਦਰਵਾਜ਼ਾ ਖੜਕਾ ਖੜਕਾ ਕੇ ਇਕੱਲਾ ਇਕੱਲਾ ਇੱਕ ਇੱਕ ਵਲੰਟੀਅਰ ਜਗਾਇਆ, ਜਿਵੇਂ ਤੁਸੀਂ ਕਰ ਰਹੇ ਹੋ ਪੰਜਾਬ 'ਚ। ਸੋ ਕਿਤੇ ਨਾ ਕਿਤੇ ਜਦੋਂ ਅਰਵਿੰਦ ਜੀ ਨਾਲ ਵੀ ਧੱਕਾ ਹੋਇਆ, ਤੁਹਾਡੇ ਨਾਲ ਵੀ ਕਿਤੇ ਕੋਈ ਇੱਦਾਂ ਦੀ ਬਰਗਾੜੀ ਵਾਲੀ ਹਵਾ ਆਈ, ਹੁਣ ਆਹ ਕੋਈ ਨਾ ਕੋਈ ਫੋਟੋਸ਼ਾਪ ਕਰਕੇ ਪਾ ਦਿੰਦੇ ਨੇ, ਅੱਜ ਹਾਕਾ ਦੀ ਇਹ ਗੱਲ ਹੋਈ, ਉਹ ਕਿਵੇਂ ਤੁਹਾਨੂੰ ਅਫੈਕਟ ਕਰਦੀ ਹੈ, ਔਰ ਤੋਂ ਤੁਸੀਂ ਕਿਵੇਂ ਨਿਕਲਦੇ ਹੋ? ਦੇਖੋ ਜੀ, ਗੱਲ ਇਹ ਹੈ, ਪਹਿਲੀ ਗੱਲ ਤਾਂ ਜਦੋਂ ਰਾਜਨੀਤੀ 'ਚ ਆਉਣ ਦਾ ਫੈਸਲਾ ਕੀਤਾ ਤਾਂ ਕੋਈ ਇਸਟੈਬਲਿਸ਼ ਹੋਈਆਂ ਪਾਰਟੀਆਂ ਨਾਲ ਤਾਂ ਜਾ ਨਹੀਂ ਸਕਦੇ ਸੀ, ਕਿਉਂਕਿ ਉਸ ਜੇ ਸਿਸਟਮ ਨੂੰ ਸੁਧਾਰਨਾ ਹੈ ਤਾਂ ਫਿਰ ਕੁਛ ਨਵੀਂ ਲੀਹ ਪਾਉਣੀ ਪਊਗੀ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਮੈਂ ਲੋਕਾਂ ਨੂੰ ਮੈਸੇਜ ਦੇਣ 'ਚ ਕਾਮਯਾਬ ਹੋ ਰਿਹਾ ਕਿ ਆਪਾਂ ਨੂੰ ਉੱਠਣਾ ਪਊਗਾ, ਲੋਕਾਂ ਨੂੰ ਆਪਣੀ ਸ਼ਕਤੀ ਸਮਝਣੀ ਪਊਗੀ, ਆਪਾਂ ਨੂੰ ਜਿਹੜੇ ਸਾਥੋਂ ਵੋਟਾਂ ਲੈ ਕੇ ਜਾਂਦੇ ਨੇ ਉਹਨਾਂ ਨੂੰ ਸਵਾਲ ਪੁੱਛਣੇ ਪੈਣਗੇ। ਤਾਂ ਨੈਚੁਰਲੀ ਜਿਹੜੇ ਸਿਸਟਮ ਦੇ ਬੈਨੀਫਿਸ਼ਰੀ ਨੇ, ਜਿਹੜੇ ਨਹੀਂ ਚਾਹੁੰਦੇ ਕਿ ਸਿਸਟਮ ਚੇਂਜ ਹੋਵੇ, ਉਹ ਬਾਊਂਸ ਬੈਕ ਤਾਂ ਕਰਨਗੇ ਕਰਨ। ਫਿਰ ਜਦੋਂ ਤੁਹਾਡੇ ਖਿਲਾਫ਼ ਕੋਈ ਹੋਰ ਨਹੀਂ ਨਿਕਲਦਾ ਤਾਂ ਫਿਰ ਉਹ ਤੁਹਾਡੇ 'ਤੇ ਪਰਸਨਲ ਅਟੈਕ ਕਰਦੇ ਨੇ, ਝੂਠੇ ਇਲਜ਼ਾਮ ਲਾਉਂਦੇ ਨੇ। ਸੋ ਕੋਈ ਐਸੀ ਗੱਲ ਨਹੀਂ, ਇਸ ਗੱਲ ਲਈ ਪ੍ਰਪੇਅਰ ਹਾਂ, ਕਿਉਂਕਿ ਮੈਨੂੰ ਇੱਕ ਬੜਾ ਸੀਨੀਅਰ MP ਮਿਲਿਆ ਸੀ, XMP ਹੈ ਸੈਂਟਰਲ ਹਾਲ 'ਚ ਪਾਰਲੀਮੈਂਟ ਦੇ ਵਿੱਚ, ਉਹਨੇ ਮੈਨੂੰ ਇੱਕ ਬੜੀ ਵਧੀਆ ਗੱਲ ਕਹੀ, ਉਹ ਕਹਿੰਦਾ ਤੁਸੀਂ ਇੱਕੋ ਲਾਈਫ 'ਚ 2 ਜ਼ਿੰਦਗੀਆਂ ਜਿਉ ਰਹੇ ਹੋ, ਔਰ ਕਲਾਕਾਰੀ ਲਾਈਫ 'ਚ ਕੀ ਹੁੰਦਾ, ਤਾਰੀਫਾਂ ਹੀ ਤਾਰੀਫਾਂ ਨੇ ਜੀ। ਆਹ ਵੀ CD ਆ ਗਈ ਨਵੀਂ ਬੱਲੇ ਬੱਲੇ, ਨਵੀਂ ਫਿਲਮ ਆ ਗਈ ਬੱਲੇ ਬੱਲੇ, ਤਾੜੀਆਂ, ਜਦੋਂ ਹੀ ਕਲਾਕਾਰ ਦੀ ਤਾਰੀਫ ਦੀ ਬਜਾਏ ਥੋੜ੍ਹੀ ਜਿਹੀ ਆਲੋਚਨਾ ਹੋਣ ਲੱਗ ਗਈ,
ਕਲਾਕਾਰ ਬਿਲਕੁਲ ਥੱਲੇ ਆ ਜਾਂਦਾ, ਮੋਰਲ ਡਾਊਨ ਹੋ ਜਾਂਦਾ। ਅਤੇ ਜਿਹੜਾ ਆਹ ਫੀਲਡ ਆ ਹੁਣ, ਇਹ ਬਿਲਕੁਲ ਉਹ ਤੋਂ ਉਲਟਾ ਹੈ ਜੀ। ਇਹ 'ਚ ਤਾਰੀਫ ਦੀ ਉਮੀਦ ਨਾ ਕਰਿਓ ਜੀ, ਇਹ 'ਚ ਤੱਕ ਤਾਰੀਫ ਤਾਂ ਹੋਣੀ ਨਹੀਂ ਜੀ, ਇਹਦੇ ਵਿੱਚ ਸਿਰਫ ਆਲੋਚਨਾ ਹੋਊਗੀ। ਸੋ ਇਸ ਕਰਕੇ ਸੋ ਮੇਰਾ ਸਵਾਲ, ਜਿਹੜੇ ਇਹ ਇਲਜ਼ਾਮ ਲੱਗਦੇ ਨੇ, ਕੋਈ ਗੱਲ ਨਹੀਂ, ਇਹ ਰਾਜਨੀਤੀ ਜਿਹੜੀ ਸਾਡੀ ਕੰਟਰੀ 'ਚ ਇਸ ਲੈਵਲ 'ਤੇ ਚਲੀ ਜਾਂਦੀ ਹੈ ਨਿੱਜੀ ਲੈਵਲ 'ਤੇ, ਪਰ ਬਿਲਕੁਲ ਝੂਠੇ ਨੇ। ਲੋਕਾਂ ਨੂੰ ਵੀ ਅੱਜ ਕੱਲ੍ਹ ਸਾਰਾ ਕੁਝ ਪਤਾ ਹੈ ਕਿ ਕੌਣ ਕਿੱਥੋਂ ਬੋਲ ਰਿਹਾ, ਕੌਣ ਕੀ ਬੋਲ ਰਿਹਾ। ਜਿਹੜੀ ਗੱਲ ਦਿਲੋਂ ਨਿਕਲਦੀ ਉਹ ਅਸਰ ਰੱਖਦੀ ਹੈ। ਅਰਵਿੰਦ ਕੇਜਰੀਵਾਲ ਜੀ ਨੂੰ ਨਕਸਲੀ ਕਿਹਾ ਗਿਆ, ਪਾਕਿਸਤਾਨ ਦਾ ਏਜੰਟ ਕਿਹਾ ਗਿਆ, ਨਾਲੀ ਦਾ ਕੀੜੇ ਨਾਲ ਉਹਨੂੰ ਕੰਪੇਅਰ ਕੀਤਾ ਗਿਆ, ਔਰ ਬਦਨਸੀਬ ਕਿਹਾ ਗਿਆ, ਇਹਨੂੰ ਜੰਗਲਾਂ 'ਚ ਚਲਾ ਜਾਣਾ ਚਾਹੀਦਾ, ਮੂੰਹ 'ਤੇ ਸਿਆਹੀ ਫੈਂਕੀ ਗਈ, ਥੱਪੜ ਤੱਕ ਮਾਰੇ ਗਏ। ਪਰ ਉਹ ਉਹਨਾਂ ਦਾ ਜਿਹੜਾ ਇੱਕ ਸਾਧਨਾ ਜਿਹੜੀ ਹੈ ਉਹ ਲੱਗੇ ਰਹੇ ਕਿ ਕੋਈ ਗੱਲ ਨਹੀਂ, ਇਹ ਸਿਸਟਮ ਤਾਂ ਬਾਊਂਸ ਬੈਕ ਕਰੂਗਾ। ਸੋ ਅੱਜ ਉਹ ਦਿੱਲੀ ਦੇ ਵਿੱਚ ਮੁੱਖ ਮੰਤਰੀ ਨੇ, ਜਿਹੜੇ ਬਦਨਸੀਬ ਕਹਿਣ ਵਾਲੇ ਜਾਂ ਜਿਹੜੇ ਪਾਕਿਸਤਾਨ ਦਾ ਏਜੰਟ ਜਾਂ ਨਕਸਲੀ ਕਹਿਣ ਵਾਲੇ ਜਿਹੜੇ ਉਹ ਪਤਾ ਨਹੀਂ ਕਿੱਥੇ ਨੇ। ਸੋ ਇਸ ਕਰਕੇ ਆਪਣੇ ਜਿਹੜੀ ਜਿਸ ਮੰਜ਼ਿਲ ਵੱਲ ਨੂੰ ਅਸੀਂ ਤੁਰੇ ਹੋਏ ਹਾਂ ਉਹਦੇ ਵਿੱਚ ਅਗਲਾ ਕਿਨਾਰਾ ਹੀ ਹੈ ਹੁਣ ਪਿਛਲਾ ਕਿਨਾਰਾ। ਉਹਦੇ 'ਚ ਅਸੀਂ ਕਹਿ ਸਕਦੇ ਕਿ ਤੁਹਾਡਾ ਪ੍ਰੇਰਣਾ ਦਾ ਸਰੋਤ ਜਿਹੜੇ ਅਰਵਿੰਦ ਕੇਜਰੀਵਾਲ ਜੀ ਹੈ, ਜਿਵੇਂ ਤੁਸੀਂ ਦੇਖਦੇ ਹਾਂ ਕਿ ਤੁਹਾਨੂੰ ਕੋਈ ਇੱਦਾਂ ਦੀ ਗੱਲ ਦਿਲ ਤੱਕ ਪਹੁੰਚਦੀ ਹੈ, ਠੇਸ ਪਹੁੰਚਾਉਂਦੀ ਹੈ, ਤਾਂ ਉਹ 'ਚੋਂ ਬਾਹਰ ਨਿਕਲਣ ਨੂੰ ਹੈਲਪ ਕਰਦੀ ਹੈ। ਬਿਲਕੁਲ ਬਿਲਕੁਲ, ਜੋ ਕਿਉਂਕਿ ਅਸੀਂ ਦਿੱਲੀ 'ਚ ਅੱਖੀ ਦੇਖਿਆ ਕਿ ਕਿਵੇਂ ਉਹ ਉਹਨਾਂ ਨੂੰ ਭਗੌੜਾ ਤੱਕ ਕਰਾਰ ਦੇ ਦਿੱਤਾ ਗਿਆ, ਅਤੇ ਉਹਨਾਂ ਦੇ ਵਿਰੁੱਧ ਕਿਸ ਤਰ੍ਹਾਂ ਦਾ ਕੂੜ ਪ੍ਰਚਾਰ ਮੀਡੀਆ ਨੇ ਵੀ ਕੀਤਾ, ਹੈ ਜੀ, ਕੋਈ ਪੋਜ਼ੀਟਿਵ ਖਬਰ ਤਾਂ ਦਿਖਾਈ ਹੀ ਨਹੀਂ, ਪਰ ਫਿਰ ਵੀ ਉਹ ਇੰਨਾ ਉਹਨਾਂ ਦੇ ਇਰਾਦੇ ਦ੍ਰਿੜ ਨੇ ਕਿ ਉਹ ਲੋਕਾਂ ਦੇ ਵਿੱਚ ਮੁਹੱਲਾ ਸਭਾ ਕਰਦੇ ਰਹੇ, ਲੋਕਾਂ ਦੇ ਵਿੱਚ ਵੜਦੇ ਰਹੇ, ਅਤੇ ਅੱਜ ਉਹ ਲੋਕਾਂ ਦੇ ਔਰ ਪੂਰੇ ਮੁਲਕ ਦੇ ਵਿੱਚ ਕਿ ਪੂਰੀ ਦੁਨੀਆਂ ਦੇ ਵਿੱਚ ਫੇਵਰੇਟ ਪੋਲੀਟੀਸ਼ੀਅਨਾਂ ਦੇ ਵਿੱਚ ਮੰਨੇ ਜਾਂਦੇ ਨੇ, ਬਹੁਤ ਵੱਡੀ ਗੱਲ ਹੈ। ਹੁਣ ਤੁਸੀਂ ਬਾਹਰਲੇ ਮੁਲਕਾਂ 'ਚ ਇੱਥੇ ਨਿਊਜ਼ੀਲੈਂਡ ਆਏ ਹੋ, ਜਦੋਂ ਕਲੀਨ ਇਨਕਮ ਦੀ ਗੱਲ ਹੋਈ ਤਾਂ ਤੁਹਾਡੇ ਓਬਵੀਅਸਲੀ ਦਿਮਾਗ 'ਚ ਨਕਸ਼ਾ ਹੋਇਆ ਹੋਏਗਾ ਕਿ ਕੈਨੇਡਾ, UK, ਇੰਨੇ NRIs ਪੁਰਾਣੇ ਗਏ ਬੈਠੇ, ਔਰ ਸਾਡੀ ਤਾਂ ਇੱਥੇ ਕਹਿ ਲਓ ਸੈਕਿੰਡ ਜਨਰੇਸ਼ਨ ਹੈ, ਲੇਕਿਨ ਉਹਨਾਂ ਦੀਆਂ 5th ਜਨਰੇਸ਼ਨ ਜਿਹੜੀ ਹੈਗੀ ਆਲਰੇਡੀ ਆ, ਬੜੇ ਸਰਮਾਏਦਾਰ ਪੁਰਾਣੇ ਬੈਠੇ ਨੇ। ਬਾਏ ਆਸਟ੍ਰੇਲੀਆ, ਨਿਊਜ਼ੀਲੈਂਡ ਤੁਸੀਂ ਚੁਣਿਆ, ਕਿ ਤੁਸੀਂ ਇੱਦਾਂ ਕਿਉਂ ਨਹੀਂ ਸੋਚਿਆ ਕਿ ਵੀ ਉੱਥੇ ਜ਼ਿਆਦਾ ਵਧੀਆ ਤੁਹਾਨੂੰ ਹੁੰਗਾਰਾ ਮਿਲੇਗਾ, ਜ਼ਿਆਦਾ ਸਪੋਰਟ ਮਿਲੇਗੀ, ਅਤੇ ਨਿਊਜ਼ੀਲੈਂਡ ਆਸਟ੍ਰੇਲੀਆ ਤੁਸੀਂ ਕਿਉਂ ਚੁਣਿਆ ਇਸ ਵਾਰੀ ਆਉਣ ਲਈ? ਦੇਖੋ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਜਿਹੜਾ ਨਾ, ਇੱਥੇ ਯੂਥ ਬਹੁਤ ਹੈ, ਔਰ ਬਿਲਕੁਲ ਕਰੰਟ ਯੂਥ ਹੈ, ਜਿਨ੍ਹਾਂ ਨੂੰ 2-3-4-5 ਸਾਲ ਹੋਏ ਨੇ ਅਜਿਹੇ ਨੇ। ਉਹਨਾਂ ਦਾ ਜਿਹੜਾ ਬੈਕਗਰਾਊਂਡ ਹੈ ਉਹ ਪੰਜਾਬ ਨਾਲ ਬਿਲਕੁਲ ਬਹੁਤ ਡੀਪਲੀ ਜੁੜਿਆ ਹੋਇਆ ਜੀ, ਅਤੇ ਪਿਛਲੀ ਲੋਕ ਸਭਾ ਇਲੈਕਸ਼ਨ ਵੇਲੇ ਵੀ ਸਭ ਤੋਂ ਵੱਧ ਸਪੋਰਟ ਜਿਹੜੀ, ਚਾਹੇ ਉਹ ਫੇਸਬੁੱਕ ਰਾਹੀਂ ਹੋਵੇ, ਯੂਟਿਊਬ ਰਾਹੀਂ ਹੋਵੇ, ਫੋਨ ਕਰਨੇ ਹੋਣ, ਅਤੇ ਵੈਸੇ ਆ ਕੇ ਉੱਥੇ ਲੋਕਾਂ ਨੂੰ ਪ੍ਰੇਰਿਤ ਕਰਨਾ ਹੋਵੇ, ਉਹ ਇਹਨਾਂ ਮੁਲਕਾਂ 'ਚ ਸੀ। ਦੂਜਾ, ਮੈਨੂੰ ਇਹਨਾਂ ਮੁਲਕਾਂ 'ਚ ਆਇਆ ਨੂੰ ਬਹੁਤ ਟਾਈਮ, ਮੈਂ ਆਸਟ੍ਰੇਲੀਆ 12 ਸਾਲਾਂ ਬਾਅਦ ਆਇਆ ਜੀ, ਕਾਫੀ ਟਾਈਮ ਹੋ ਗਿਆ ਸੀ, ਉਦੋਂ ਇੰਨੇ ਜ਼ਿਆਦਾ ਲੋਕ ਨਹੀਂ ਹੁੰਦੇ ਸੀ। ਹੁਣ ਜਿਹੜਾ ਮੈਂ ਕਹਿੰਦਾ ਨਵਾਂ ਪੰਜਾਬ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਜਿਹੜਾ ਬਸ ਰਿਹਾ, ਸੋ ਇਹ ਕਿਉਂਕਿ ਇਹਨਾਂ ਦਾ ਹਜੇ ਵੀ ਜਿਹੜੇ ਸਮੱਸਿਆਵਾਂ ਪੰਜਾਬ ਨਾਲ ਜੁੜੀਆਂ ਹੋਈਆਂ, ਅਮਰੀਕਾ ਕੈਨੇਡਾ ਵਾਲੇ ਤਾਂ ਕਾਫੀ ਪਹਿਲਾਂ ਆ ਗਏ, ਅਤੇ ਉਹਨਾਂ ਦਾ ਉਹਨਾਂ ਵੱਲੋਂ ਵੀ ਬਹੁਤ ਸਾਰੀ ਸਪੋਰਟ ਆ ਰਹੀ ਹੈ, ਕੋਈ ਸਪੋਰਟ 'ਚ ਕਮੀ ਨਹੀਂ, ਬਟ ਉਹਨਾਂ ਦੇ ਜਿਹੜੇ ਲਿੰਕਸ ਨੇ ਉਹ ਘੱਟ ਨੇ ਹੁਣ ਪੰਜਾਬ ਨਾਲ, ਸਾਰੀ ਜਨਰੇਸ਼ਨ ਉੱਥੇ ਚੱਲੀਆਂ। ਪਰ ਫਿਰ ਵੀ ਪੂਰੀ ਦੁਨੀਆਂ 'ਚ ਬੈਠੇ ਜਿੰਨੇ ਪੰਜਾਬੀ ਨੇ ਉਹ ਇਹੀ ਚਾਹੁੰਦੇ ਨੇ ਕਿ ਸਾਨੂੰ ਵਤਨਾਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣ, ਪੰਜਾਬ ਸਾਡਾ ਦੁਬਾਰਾ ਪੰਜਾਬ ਬਣ ਜੇ, ਰੰਗਲਾ ਪੰਜਾਬ ਜਿਹੜਾ ਗਿੱਧੇ ਭੰਗੜਿਆਂ ਵਾਲਾ, ਹੱਸਦਾ ਖੇਡਦਾ ਪੰਜਾਬ, ਕਬੱਡੀਆਂ ਖੇਡਦਾ ਅਤੇ ਹਰਿਆਲੀ ਵਾਲਾ ਪੰਜਾਬ ਬਣ ਜੇ। ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ 20 ਦਿਨ ਦੀ ਛੁੱਟੀ ਜਿਹੜੀ ਹੈ ਲੈ ਕੇ ਅਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਪੰਜਾਬੀਆਂ ਨੂੰ ਮਿਲ ਕੇ ਆਉਂਦੇ ਹਾਂ। ਅਤੇ ਨਿਊਜ਼ੀਲੈਂਡ 'ਚ ਜਾਂ ਕਿਸੇ ਹੋਰ ਮੁਲਕ 'ਚ ਕਿਸੇ ਵੀ ਪਾਸੇ ਤੁਹਾਡਾ ਕੋਈ ਆਪਦਾ ਆਪਣਾ, ਜਿਵੇਂ ਤੁਸੀਂ ਕਹਿੰਦੇ ਹੱਸਦਾ ਫਸਦਾ ਪੰਜਾਬ ਦੇਖਣਾ ਚਾਹੁੰਦੇ ਹੋ ਔਰ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਉਹਦੇ ਲਈ, ਇਵੇਂ ਹੀ ਆਮ ਆਦਮੀ ਪਾਰਟੀ ਦਾ ਜਾਂ ਤੁਹਾਡਾ ਕੋਈ ਆਪਦਾ ਸਪਨਾ ਇਹਦਾ ਵੀ ਹੈ ਕਿ NRIs ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿ ਕਿਵੇਂ ਕਿੱਥੇ ਫਿੱਟ ਬੈਠਦੇ ਨੇ ਉਹ ਤੁਹਾਡੇ ਸੁਪਨੇ ਦੇ ਵਿੱਚ, ਕਿ ਉਹਨਾਂ ਦਾ ਕੀ ਰੋਲ ਹੋ ਸਕਦਾ, ਕਿਉਂਕਿ ਇੱਥੇ ਦੀ ਐਕਸਪਰਟੀਜ਼, ਇੱਥੇ ਦੀ ਜਿਹੜੀ ਉਹਨਾਂ ਦੀ ਕਾਰਜਸ਼ਾਲੀ ਹੈਗੀ ਆ ਉਹ ਕਿਵੇਂ, ਇੱਥੇ ਵੀ ਉਹਨਾਂ 'ਚ ਬਹੁਤ ਜਜ਼ਬਾ ਹੋ ਸਕਦਾ ਹੈ ਕਿ ਕਿੱਥੇ ਉਹ ਤੁਹਾਨੂੰ ਕੁਛ, ਤੁਹਾਡਾ ਪਲੈਨ ਹੈ, ਕੋਈ ਵਿਜ਼ਨ ਹੈ ਪਰਸਨਲ ਜਾਂ ਓਫਿਸ਼ੀਅਲ, ਕਿ ਜਿਹ 'ਚ ਤੁਸੀਂ ਦੇਖਦੇ ਹੋ ਕਿ NRIs ਕਿਤੇ ਫਿੱਟ ਬੈਠ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ? ਬਹੁਤ ਵੱਡਾ ਪੰਜਾਬ ਵਾਸਤੇ ਤਾਂ NRIs ਬਹੁਤ ਵੱਡਾ ਇੱਕ ਸਾਡੇ ਲਈ ਇੱਕ ਫਾਇਦਾ ਹੈ ਕਿ ਜਿਹੜੇ ਪੰਜਾਬੀ ਨੇ ਉਹ ਪੂਰੀ ਦੁਨੀਆ 'ਚ ਬੈਠੇ ਨੇ ਔਰ ਪੂਰੀ ਦੁਨੀਆ 'ਚ ਕਾਮਯਾਬ ਵੀ ਨੇ ਜੀ, ਔਰ ਪੰਜਾਬੀ ਜਿਹੜੇ ਨੇ ਉਹ ਆਪਣੇ ਵਤਨਾਂ ਵਾਸਤੇ, ਆਪਣੇ ਪੰਜਾਬ ਲਈ ਕੁਛ ਵੀ ਕਰਨ ਨੂੰ ਤਿਆਰ ਨੇ ਜੀ। ਸੁਰਜੀਤ ਪਾਤਰ ਜੀ ਦਾ ਇੱਕ ਸ਼ੇਅਰ ਹੈ, ਲੱਗੀ ਜੇ ਤੇਰੇ ਕਲੇਜੇ ਅਜੇ ਛੁਰੀ ਨਹੀਂ ਹੈ, ਇਹਨਾਂ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਮਤਲਬ ਜੇ ਇੱਥੇ ਕੋਈ ਕੈਂਸਰ ਦਾ ਮਰੀਜ਼ ਨਹੀਂ ਕਿਸੇ ਦੇ ਘਰ 'ਚ, ਜਾਂ ਕਿਸੇ ਦੀ ਪੱਗ ਨਹੀਂ ਲਹੀ, ਜਾਂ ਕਿਸੇ ਕੋਈ ਸਰਕਾਰੀ ਅੱਤਵਾਦ ਦਾ ਸ਼ਿਕਾਰ ਨਹੀਂ ਹੋਇਆ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਰਾ ਕੁਛ ਠੀਕ ਹੈ। ਸੋ ਇਸੇ ਸੰਬੰਧ 'ਚ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹ ਖੁੱਲ੍ਹੇ ਦਿਲੋਂ ਮਦਦ ਕਰਦੇ ਨੇ।
ਪਿਛਲੀ ਵਾਰ ਵੀ ਬਹੁਤ ਸਾਰਾ ਹੋਇਆ ਸੀ ਔਰ ਇਸ ਵਾਰ ਤਾਂ ਰਿਕਾਰਡ ਟੁੱਟਣਗੇ 2017 ਦੀਆਂ ਇਲੈਕਸ਼ਨਾਂ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਪੂਰੀ ਦੁਨੀਆ 'ਚੋਂ ਪੰਜਾਬ 'ਚ ਵਾਪਸ ਆਉਣਗੇ ਔਰ ਜਿਹੜੇ ਸਿਸਟਮ ਦੇ ਧੱਕੇ ਹੋਏ ਨੇ ਜਿਹੜੇ ਸਿਸਟਮ ਤੋਂ ਦੁਖੀ ਹੋ ਕੇ ਮਜਬੂਰਨ ਬਾਹਰਲੇ ਮੁਲਕਾਂ ਵੱਲ ਨੂੰ ਜਾਣ ਲਈ ਮਜਬੂਰ ਹੋਏ ਨੇ ਅਸੀਂ ਵੀ ਉਹਨਾਂ ਨਾਲ ਵਾਅਦਾ ਕਰਦੇ ਹਾਂ ਕਿ ਜੇ ਪੰਜਾਬ ਦੇ ਵਿੱਚ ਲੋਕਾਂ ਦੇ ਹੱਥ 'ਚ ਸੱਤਾ ਆਉਂਦੀ ਹੈ ਤਾਂ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਪੰਜਾਬ ਤੋਂ ਰੁੱਸੇ ਹੋਏ ਧੀਆਂ ਪੁੱਤਾਂ ਨੂੰ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਕੈਲੀਫੋਰਨੀਆ ਪੈਰਿਸ ਲੰਡਨ ਬਣਾਉਣ ਦੀ ਲੋੜ ਨਹੀਂ ਪੰਜਾਬ ਦੀ ਧਰਤੀ ਜ਼ਰਖੇਜ਼ ਧਰਤੀ ਹੈ ਬਹੁਤ ਉਪਜਾਊ ਧਰਤੀ ਹੈ 150 ਮਣ ਤੋਂ ਵੱਧ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ ਸੋ ਪੰਜਾਬ ਦੇ ਲੋਕ ਮਿਹਨਤੀ ਨੇ ਕੋਈ ਕਮੀ ਨਹੀਂ ਅਸੀਂ ਬਾਹਰਲੇ ਮੁਲਕਾਂ 'ਚ 20-20 ਰੁਪਈਏ ਜਿਹੜੇ ਉਹ ਲੈ ਕੇ ਆਏ ਸੀ ਇੱਥੇ ਅਤੇ ਅੱਜ ਪੂਰੇ ਵੱਡੇ ਵੱਡੇ ਬਿਜ਼ਨਸ ਸੈੱਟ ਕਰ ਲਏ ਸੋ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਲੋਕ ਜਿਹੜੇ ਨੇ ਉਹ ਕਾਮਯਾਬ ਹੋਣਾ ਜਾਣਦੇ ਨੇ ਸੋ ਮੈਨੂੰ ਉਮੀਦ ਹੈ ਕਿ ਪਾਰਟੀ ਵੱਲੋਂ ਵੀ ਇੱਕ NRI ਆਫਿਸ਼ੀਅਲ ਡੈਸਕ ਜਿਹੜਾ ਉਹ ਤਿਆਰ ਕਰਾਂਗੇ ਤਾਂ ਕਿ ਜੇ ਕੋਈ ਪੰਜਾਬੀ ਕਿਸੇ ਵੀ ਕਿਸਮ ਨਾਲ ਉਹ ਹੈਲਪ ਕਰਨਾ ਚਾਹੁੰਦਾ ਹੋਵੇ ਉਹਨੂੰ ਜਿਹੜਾ ਉਹ ਕਮਾਂਡ ਇਸ ਤਰ੍ਹਾਂ ਦੀ ਮਿਲ ਜੂਗੀ ਅਤੇ ਹਰ ਜਿਹੜਾ ਕੰਟਰੀ ਉਹਦੇ ਵਿੱਚ ਬਕਾਇਦਾ ਤੌਰ 'ਤੇ ਇੱਕ ਢਾਂਚਾ ਜਿਹੜਾ ਉਹ ਤਿਆਰ ਕਰਕੇ ਉੱਥੋਂ ਉਹਨਾਂ ਨੂੰ ਕੰਮ ਹੋ ਰਿਹਾ ਹਾਂਜੀ ਹਾਂਜੀ ਉਹ ਚੱਲ ਰਿਹਾ ਕੰਮ ਜੀ ਹਾਂਜੀ ਇਹ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ NRI ਦਾ ਢਾਂਚਾ ਤਿਆਰ ਹੋ ਰਿਹਾ ਕਿਉਂਕਿ ਬਾਕੀ ਪਾਰਟੀਆਂ ਦਾ ਆਲਰੇਡੀ ਕਿੰਨੇ ਸਾਲਾਂ ਤੋਂ ਤਿਆਰ ਹੋ ਚੁੱਕਾ ਹੈ ਇਟ ਗੁੱਡ ਟੂ ਨੋ ਕਿ ਆਮ ਆਦਮੀ ਪਾਰਟੀ ਦਾ ਵੀ ਤਿਆਰ ਹੋ ਰਿਹਾ ਹੈ ਇਹੀ ਕਾਰਨ ਹੈ ਕਿ ਸ਼ਾਇਦ NRI ਬਹੁਤ ਜ਼ਿਆਦਾ ਹਤਾਸ਼ਾ ਹੋ ਜਾਂਦੇ ਜਦੋਂ ਉਹਨਾਂ ਨੂੰ ਕੋਈ ਤੁਹਾਡੇ ਫੈਨਸ ਨੂੰ ਜਾਂ ਕਿਸੇ ਹੋਰ ਨੂੰ ਵੀ ਕੋਈ ਖਬਰ ਇੱਦਾਂ ਦੀ ਮਿਲਦੀ ਹੈ ਤਾਂ ਉਹਨਾਂ ਤੱਕ ਖਬਰ ਨਹੀਂ ਪਹੁੰਚਦੀ ਤਾਂ ਉਹਨਾਂ 'ਚ ਜਿਹੜੀ ਨਿਰਾਸ਼ਾ ਆਉਂਦੀ ਹੈ ਕਿ ਫੋਰ ਐਗਜ਼ਾਮਪਲ ਕਿ ਜਿਵੇਂ ਬਿੰਨੀ ਸ਼ਾਜ਼ੀਆ ਇੱਦਾਂ ਦੇ ਕਿੰਨੇ ਕੇਸ ਹੋਏ ਕਿ ਜਿਹੜੇ ਓਪਰਚੁਨਿਸਟ ਕਹਿ ਲਓ ਜਾਂ ਕਿ ਉਹ ਇਲਜ਼ਾਮ ਲਾਉਂਦੇ ਨੇ ਆਮ ਆਦਮੀ ਪਾਰਟੀ 'ਤੇ ਲੋਕ ਉਹਨੂੰ ਵੀ ਸੱਚ ਕਹਿ ਸਕਦੇ ਆਪਣੀ ਆਪਣੀ ਸੋਚ ਹੈ ਕੋਈ ਕਹਿੰਦੇ ਕਿ ਉਹ ਸੱਚ ਹੈ ਕੋਈ ਕਹਿੰਦੇ ਆਮ ਆਦਮੀ ਪਾਰਟੀ ਸੱਚ ਹੈ ਸੋ ਇਹੋ ਜਿਹੇ ਰਿਪੀਟ ਨਾ ਹੋਣ ਜਾਂ ਪੰਜਾਬ ਦੇ ਵਿੱਚ 2017 'ਚ ਇੱਦਾਂ ਇਹੋ ਜਿਹੇ ਓਪਰਚੁਨਿਸਟ ਨਾ ਆਉਣ ਉਹਦੇ ਲਈ ਕੀ ਇੰਤਜ਼ਾਮ ਹੈਗੇ ਆ ਔਰ ਜਿਵੇਂ ਹੁਣ ਰੀਸੈਂਟਲੀ ਕਿਤੋਂ ਨਿਊਜ਼ ਇੱਦਾਂ ਦੀ ਚੱਲ ਰਹੀ ਹੈ ਜਿਹੜੀ ਇਸ ਲਈ ਉਹ ਚਰਚਾ 'ਚ ਆ ਕਿ ਕਿਸੇ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਤੇ ਉਹਦੇ 'ਤੇ ਦਾਗ ਹੈ ਅਤੇ ਉਹ ਗੱਲਾਂ ਬਾਰ ਬਾਰ ਕਿਉਂ ਹੋ ਰਹੀਆਂ ਉਹ ਕਿਉਂ ਨਹੀਂ ਦੇਖੋ ਜੀ ਪਹਿਲੀ ਗੱਲ ਤਾਂ ਇਸੇ ਸਮਾਜ 'ਚੋਂ ਅਸੀਂ ਬੰਦੇ ਲੈਣੇ ਜੀ ਕਿਸੇ ਹੋਰ ਗ੍ਰਹਿ ਤੋਂ ਤਾਂ ਲੈ ਕੇ ਨਹੀਂ ਆ ਰਹੇ ਜੀ ਉਲਝੇ ਹੋਏ ਸਿਸਟਮ 'ਚੋਂ ਲੋਕ ਲੈ ਕੇ ਆਉਣੇ ਨੇ ਕਲੀਨ ਜੀ ਇਮਾਨਦਾਰ ਬੰਦਾ ਲੱਭਣਾ ਤੂੜੀ ਦੇ ਢੇਰ 'ਚੋਂ ਸੂਈ ਲੱਭਣ ਦੇ ਬਰਾਬਰ ਜੀ ਕੋਈ ਫਿਰ ਇਮਾਨਦਾਰ ਉਹ ਤੋਂ ਬਾਅਦ ਖੁਦ ਇਮਾਨਦਾਰ ਹੈ ਨੋ ਪ੍ਰੋਬਲਮ ਦੂਜੇ ਨੂੰ ਬੇਈਮਾਨ ਕਹਿਣ ਦੀ ਹਿੰਮਤ ਰੱਖਣਾ ਲੱਭਣਾ ਉਹ ਤੋਂ ਵੀ ਜ਼ਿਆਦਾ ਜੀ ਘੱਟ ਨੇ ਸੋ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਐਲੀਮੈਂਟਸ ਆ ਗਏ ਹੋਣਗੇ ਜਾਂ ਆਉਣਗੇ ਜੀ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇੱਧਰ ਲਾਈਨ ਛੋਟੀ ਹੈ ਜੀ ਇੱਧਰ ਛੇਤੀ ਵਾਰੀ ਆ ਜੂਗੀ ਜੀ ਹੈ ਨਾ ਤਾਂ ਲੇਕਿਨ ਆਮ ਆਦਮੀ ਪਾਰਟੀ ਦਾ ਇੱਕ ਬੜਾ ਵਧੀਆ ਤਰੀਕਾ ਹੈ ਕਿ ਆਓ ਕੰਮ ਕਰੋ ਅਸੀਂ ਕਿਸੇ ਨੂੰ ਕੋਈ ਟਿਕਟ ਲੈ ਕੇ ਜਾਂ ਆਪਦੇ ਨਾਲ ਕੋਈ ਅਹੁਦਾ ਲੈ ਕੇ ਨਾ ਆਓ ਜੀ ਕੰਮ ਕਰੋ ਲੋਕ ਆਪੀ ਬਰੀਕ ਝਾਰਨਾ ਲਾਉਣਗੇ ਕਿ ਕੌਣ ਕਿੱਥੇ ਖੜਾ ਹੈ ਦਿੱਲੀ ਦੀ ਮੈਂ ਐਗਜ਼ਾਮਪਲ ਦੇ ਦਿੰਦਾ ਤੁਸੀਂ 4 ਜਾਂ 5 MLA ਤੋਂ ਬਿਨਾਂ ਬਾਕੀ 60 ਜਾਂ 62 MLA ਦੇ ਨਾਮ ਜਾਣਦੇ ਜੀ ਕਿੰਨੇ ਕੁ ਗਿਣਾ ਦੋਗੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਬਹੁਤ ਸਾਰੇ ਨਹੀਂ ਜਾਣਦੇ 27-27, 28-28 ਸਾਲ ਦੇ ਜਿਹੜੇ ਨੌਜਵਾਨ ਮੁੰਡੇ ਨੇ ਉਹ ਮਨਿਸਟਰ ਨੇ MLA ਨੇ ਔਰ ਉਹਨਾਂ ਨੇ ਹਰਾਇਆ ਕੌਣ ਹੈ ਜੋ 30 ਸਾਲ ਤੋਂ ਹਾਰਿਆ ਨਹੀਂ ਸੀ ਜੋ 35 ਸਾਲ ਤੋਂ ਹਾਰਿਆ ਨਹੀਂ ਸੀ ਉਹ ਕੌਣ ਨੇ ਉਹ ਵਰਕਰ ਨੇ ਉਹ ਦਰੀਆਂ ਵਿਛਾਉਣ ਵਾਲੇ ਉਹ ਪੋਸਟਰ ਲਾਉਣ ਵਾਲੇ ਉਹ ਕੁਰਸੀਆਂ ਡਾਉਣ ਵਾਲੇ ਵਰਕਰ ਸੀ ਉਹਨਾਂ ਨੂੰ ਟਿਕਟਾਂ ਦਿੱਤੀ ਸੋ ਇਸ ਕਰਕੇ ਜਿਸ ਵੇਲੇ ਟਿਕਟਾਂ ਦੇਣੀਆਂ ਨੇ ਉਸ ਵੇਲੇ ਪ੍ਰੋਪਰ ਤਰੀਕੇ ਨਾਲ ਫਾਰਮ ਭਰਾਏ ਜਾਂਦੇ ਜੀ ਫਿਰ ਉਹਨਾਂ ਨੂੰ ਸ਼ਾਰਟ ਲਿਸਟ ਕੀਤਾ ਜਾਂਦਾ ਫਿਰ PAC ਨੂੰ ਦਿੱਤਾ ਜਾਂਦਾ PAC ਕ੍ਰੋਸ ਚੈੱਕ ਕਰਦੀ ਹੈ ਆਪਣੇ ਤਰੀਕੇ ਨਾਲ ਪਤਾ ਕਰਾਉਂਦੇ ਨੇ ਲੋਕਾਂ ਦਾ ਵਿਊ ਲਿਆ ਜਾਂਦਾ ਕਿ ਕਿਸ ਤਰ੍ਹਾਂ ਕਿਹੜਾ ਬੰਦਾ ਜਿਹੜਾ ਇਸ ਇਲਾਕੇ ਦੇ ਵਿੱਚ ਅੱਗੇ ਆ ਸਕਦਾ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਫਿਰ ਕਿਤੇ ਜਾ ਕੇ ਟਿਕਟ ਦਾ ਫੈਸਲਾ ਹੁੰਦਾ ਆਮ ਆਦਮੀ ਪਾਰਟੀ 'ਚ ਕੋਈ ਕੋਟੇ ਨਾਲ ਕੋਈ ਪੈਸੇ ਨਾਲ ਕੋਈ ਵੱਡੇ ਲੀਡਰ ਨਾਲ ਫੋਟੋ ਖਿਚਾ ਕੇ ਕਿਸੇ ਦਾ ਬੈਨਰ ਲਾ ਕੇ ਜਿਹੜੀ ਹੈ ਜਾਂ ਕਿਸੇ ਨੂੰ ਲੰਚ ਡਿਨਰ 'ਤੇ ਬੁਲਾ ਕੇ ਫੋਟੋ ਕਰਾ ਕੇ ਟਿਕਟ ਨਹੀਂ ਮਿਲਦੀ ਸੋ ਇਸ ਕਰਕੇ ਇਸੇ ਸਮਾਜ 'ਚੋਂ ਹੀ ਲੋਕ ਲਵਾਂਗੇ ਬਟ ਆਪਣੇ ਵੱਲੋਂ ਬੈਸਟ ਐਫਰਟ ਹੋਊਗੀ ਕਿ ਜਿਹੜੇ 117 ਲੋਕਾਂ ਨੂੰ ਰੀਪ੍ਰਜੈਂਟ ਕਰਨ ਵਾਲੇ ਲੋਕ ਚਿਹਰੇ ਦੇਈਏ ਉਹ ਜਿਹੜੇ ਨੇ ਉਹ ਚੰਗੇ ਹੋਣ ਇਮਾਨਦਾਰ ਹੋਣ ਔਰ ਉਹਨਾਂ 'ਤੇ ਲੋਕ ਵਿਸ਼ਵਾਸ ਕਰ ਸਕਦੇ ਹੋਣ ਉਹ ਅਲੱਗ ਗੱਲ ਹੈ ਕਿ ਸ਼ਾਇਦ ਫੇਮਸ ਨਾ ਹੋਣ ਪਰ ਇੱਕ ਗਰੰਟੀ ਹੋਊਗੀ ਕਿ ਉਹ ਇਮਾਨਦਾਰ ਹੋਣ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮਾਨ ਸਾਹਿਬ ਆਪਣੇ ਏਸੀ ਮਾਨ ਸਾਹਿਬ ਜਿਹਨਾਂ ਨੂੰ ਅੱਜ ਪੰਜਾਬ ਦੀ ਆਵਾਮ ਜਿਹੜਾ ਹੈ ਉਹ ਪੰਜਾਬ ਦਾ ਕੇਜਰੀਵਾਲ ਵੀ ਕਹਿੰਦੀ ਹੈ ਆਖਦੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਜਜ਼ਬਾ ਹੈ ਔਰ ਉਹਨਾਂ ਦੀ ਜਿਹੜੀ ਮਿਹਨਤ ਹੈ ਔਰ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਮਾਨ ਸਾਹਿਬ ਦੀ ਉਹ ਮੂੰਹੋਂ ਬੋਲਦੀ ਹੈ
ਇਹੀ ਕਾਰਨ ਹੈ ਕਿ ਪੰਜਾਬ ਦਾ ਇੱਕ ਇੱਕ ਇਨਸਾਨ ਇਸ ਵੇਲੇ ਤੱਕ ਕੇ ਅੱਖਾਂ ਵਿਛਾ ਕੇ ਦੇਖ ਰਿਹਾ ਹੈ ਕਿ 2017 ਕਦੋਂ ਆਏਗਾ। ਮਾਨ ਸਾਹਿਬ, ਵਿਸ਼ ਯੂ ਆਲ ਦੀ ਬੈਸਟ। ਥੈਂਕ ਯੂ ਵੈਰੀ ਮੱਚ। ਤੁਹਾਡੀ ਮਿਹਨਤ ਰੰਗ ਲਿਆਏਗੀ, ਸਾਨੂੰ ਪੂਰੀ ਉਮੀਦ ਹੈ ਤੁਸੀਂ ਖਰੇ ਉਤਰੋਗੇ। ਸਤਿ ਸ਼੍ਰੀ ਅਕਾਲ, ਧੰਨਵਾਦ ਕਰ।